जनाब साबिर हुसैन भट्टी, इन्हां तो फौरन बाद जाकिर आले बा जनाब सैयद अंसार अब्बास शाह साहेब अलाहाबाद, इन्हां तो फौरन बाद जी जी खाक ने तशरीफ गहना किबला सैयद वारिस अब्बास नकवी, वो थोड़े तो सामने खिताब फरमेसन बर मोहम्मद वाले मोहम्मद सलवात। मामलेन की खिदमत गुजार गुजारिश है कि जेड़े जिक्र सुन आयो मेहरबानी करके जिक्र हुसैन की जीनत बनो, माहौल माहौल बेहतरीन है, तुसा आ के इमाम बारगाह दे विच मौला इमाम हुसैन अलैहिस्सलाम का जिक्र सुन के सवाब इदारन हासिल करो। बाहर महान का कोई फायदा कह नहीं, दुनियावी महफिल में गुफ्तगू करण नाल कोई फायदा कह नहीं, जिक्र शबीर बहाना ही इबादत जे। अल्लाह तबारक व ताला तो अको आबाद इशाद फरमावे। और तुहाड़े सामने जाकिर आले मोहम्मद जनाब साबिर अब्बास भट्टी बर मोहम्मद वाहिल बैत मोहम्मद सलवा। बिस्मिल्लाहिर्रहमानिर्रहीम। अल्लाहुम्मा कल हुज्जत इब्ने हसन सलवा तो गाल वाला अब ही फी हाज सात वफी कुल सात मिन हाफिज़ों व कायदों व नासिरों व दलीलों वैला हत्ता तुस्के नहूं अर्ज़क तौवन वतम ते फीहा तवीला या रब मोहम्मद वाले मोहम्मद सले अला मोहम्मद वाले मोहम्मद वाजिल फरज आले मोहम्मद अल्लाहुम्मा सले अला मोहम्मद वाले मोहम्मद। अली दी उल्फत दा बोडला कोई जितना आए बैठे हो मौला दा जिक्र सुनन वास्ते आए बैठे हो ते चुप कीती बैठे हो, अल्लाह तुको वस्ता रखे, मालिक तुको सलामत रखे। मैं मसाइब शुरू करन लगा हम लाला जान, लेकिन इन मोमिनीन दी चुप देख के मैं खुतबा ही नहीं पढ़िया। मैं के चलो मौला दे जिक्र दी तारीफ दी रुबई च सुनावा मत बोल फोविन। अली दी उल्फत दा बोडला कोई जे मुह नबी को दिखावणी ता अली दी उल्फत दा बोडला कोई जे मुह नबी को दिखावणी ता खुदा ते जेकर यकीन रख दी अमल जे कोई बचावणी ता आजो किथाही बरादे माशर जे पीउ दी इज्जत रखावणी ता मस्कीन आहदी न मन अली को जे माँ को मुजरम बनावणी ता बिस्मिल्लाह अल्हम्दुलिल्लाह तुहाडी जिंदगी हो बिस्मिल्लाह अल्हम्दुलिल्लाह हमेशा वसदे रहो। माँ हुसैन दी इस जबान को किथे लुकनत ना देवे,
ਜਿਹੜੀ ਜ਼ਬਾਨ ਜ਼ਿਕਰ ਆਲੇ ਮੁਹੰਮਦ ਚ ਬੋਲ ਪਈ ਏ। ਇਜ਼ਤ ਅਲੇ ਬਿਰਾ ਮੇਰੇ ਸਾਹਮਣੇ ਬੈਠੇ ਹੋ, ਮੈਂ ਘੱਟ ਪੜ੍ਹਦਾ ਜਿਹੜਾ ਕੁਝ ਪੜ੍ਹਨ ਲੱਗਾ, ਹਰ ਮਜਮੇ ਚ ਲਾਲਾ ਮੈਂ ਨਹੀਂ ਪੜ੍ਹਦਾ, ਮਾਰਫਤ ਵਾਲਾ ਮਜਮਾ ਸਮਝ ਕੇ ਇੱਕ ਸ਼ੇਰ ਏ ਮਸਕੀਨ ਸਾਹਿਬ ਦਾ ਲਿਖਾ ਹੋਇਆ। ਜਬਰ ਦੇ ਗੰਗੇ ਬਿਮਾਰ ਲੋਗੋ ਲਬਾਂ ਤੇ ਨਾਮੇ ਹੁਸੈਨ ਲਿਖੋ, ਜਬਰ ਦੇ ਗੰਗੇ ਬਿਮਾਰ ਲੋਗੋ ਲਬਾਂ ਤੇ ਨਾਮੇ ਹੁਸੈਨ ਲਿਖੋ, ਰਿਵਾਜੀ ਟਕਰੇ ਕੋ ਛੋੜ ਦੇਵੋ ਹੁਸੈਨ ਵਾਲੀ ਨਮਾਜ਼ ਸਿੱਖੋ। ਅੱਲਾ ਤੁਹਾਡੀ ਜ਼ਿੰਦਗੀ ਕਰੇ ਮਾਂ ਹੁਸੈਨ ਦੀ ਤੋਂ ਕੋ ਵਸਤਾ ਰੱਖੇ, ਮਾਲਕ ਤੋਂ ਕੋ ਕਿਸੇ ਦਾ ਮੁਹਤਾਜ ਨਾ ਕਰੇ। ਆਓ ਜ਼ਵਾਰ ਸਿੰਘ ਬਿਸਮਿਲ੍ਲਾ, ਬਜ਼ੁਰਗ ਜ਼ਵਾਰ ਸਿੰਘ ਦਾ ਹੁਕਮ ਆ, ਇਹਨਾਂ ਦੇ ਹੁਕਮ ਦੀ ਤਾਮੀਲ 'ਚ ਅੱਧੀ ਮਜਲਿਸ ਮੈਂ ਪੜ੍ਹ ਗਈ ਏ, ਥੋੜ੍ਹੀ ਜਿਹੀ ਹੋਰ ਮੈਂ ਹੁਣ ਤੱਕ ਉਹ ਮਜਲਿਸ ਸੁਣਵੈਨਾ ਜਿਹੜੀ ਖੈਰਾਤ ਮੈਂ ਮੁਸਾਫਰ ਸ਼ਾਮ ਦੀ ਕਬਰ ਤੋਂ ਮੰਗੀ ਏ, ਅਲੀ ਦੀ ਧੀ ਦੀ ਕਬਰ ਤੋਂ ਮੰਗੀ ਏ। ਵੀ ਜ਼ਹਰਾ ਦੀ ਧੀ ਤੇਰੇ ਭਰਾ ਦਾ ਮਾਤਮੀ ਜ਼ਾਕਿਰਾਂ, ਮੈਂ ਦੁਨੀਆ ਦੀ ਕੋਈ ਸ਼ੈ ਨਹੀਂ ਮੰਗਦਾ, ਮੇਰੇ ਕੋ ਭਰਾ ਦਾ ਮਸਾਹਿਬ ਖਾਨ ਜ਼ਾਕਿਰ ਬਣਾ। ਅਤਾ ਕੀਤਾ ਜ਼ਹਰਾ ਦੀ ਧੀ, ਪੂਰੇ ਮੁਲਕ 'ਚ ਮੈਂ ਹੁਸੈਨ ਦਾ ਮਾਤਮ ਪੜ੍ਹਦਾ, ਹੁਸੈਨ ਦੀ ਭੈਣ ਦੀ ਗੁਰਬਤ ਪੜ੍ਹਦਾ। ਕਿਹੜੀ ਗੁਰਬਤ ਸੁਣਾਵਾਂ? ਸਾਰੇ ਬੈਠੇ ਹੋ ਆਜ਼ਾਦਾਰ, ਤੁਹਾਡੇ ਦਿਲ 'ਚ ਕਬਰ ਹੈ ਹੁਸੈਨ ਏ, ਆਦਮ ਤੂੰ ਘਿਨ ਕੇ ਈ ਦਮ ਤੱਕ ਈ ਅੱਲਾ ਦੀ ਕਾਇਨਾਤ 'ਚ ਦੀਦ ਮਾਰ, ਮੈਕੂ ਕੋਈ ਧੀ ਐਸੀ ਦਿਖਾ ਜਿਹੜੀ ਪੌਣੇ 2 ਸਾਲ ਤੋਂ ਬਾਅਦ ਪੇਕੇ ਵਤਨ ਵੱਲੇ ਅਤੇ ਪਿਓ ਦੇ ਘਰ ਕੋ ਨਾ ਸੁਜਾਣ ਸਕੇ। ਹੇ ਕੋਈ ਐਸੀ ਧੀ ਕੁਰਬਾਨ ਮੰਨਾ, ਪਹਿਲੀ ਧੀ ਏ ਅਲੀ ਦੀ। 1 ਸਾਲ ਤੇ ਕਈ ਦੀਆਂ ਦੀ ਕੈਦ ਨਿਭਾ ਕੇ ਮਦੀਨੇ ਦੇ ਬਾਹਰੋਂ ਆ ਖੜੀਏ, ਇਵੇਂ ਡਿੱਠੇ ਸ਼ਹਿਰ ਦੇ ਪਾਸੇ, ਬਸ ਸੱਜਾਦ ਦੀ ਡਾਲੀ ਚੁਮਕਿਆ ਦੀ ਮਹਾਰੀ ਡਸਾ ਸਕਦੀ? ਇਹ ਕਿਹੜਾ ਸ਼ਹਿਰ ਏ? ਸਜਾਦਾ ਦੇ ਅੰਮਾ ਹੀ ਸ਼ਹਿਰ ਕੋ ਤੂੰ ਨਹੀਂ ਮੈਂ ਜਾਣਦੀ, ਤੇਰੇ ਪੇਕੇ ਇੱਥੇ ਹੀ ਰਹਿੰਦੇ, ਤੇਰੇ ਸਾਵਰੇ ਇੱਥੇ ਹੀ ਰਹਿੰਦੇ। ਜ਼ਵਾਰ ਸਾਹਿਬਾ, ਰਤ ਬਰੀ ਡਾਲੀ ਚੁਮਕਿਆ ਦੀ ਸਜਾਦ ਕਿਵੇਂ ਸੁਜਾਣਾ? ਪਹਿਲੇ ਮੈਂ ਕੋ ਤੂੰ ਦੱਸਾਂ, ਮੈਂ ਕਦਾਂ ਚਿੱਟੇ ਦੀ ਕੋ ਘਰ ਤੋਂ ਬਹਿਰ ਆਈ ਹਮ? ਹੈ ਨਹੀਂ ਵੇਖੀ ਤੀ, ਹੈ ਨਹੀਂ ਵੇਖੀ ਤੀ। ਅੱਲਾ ਤੋਂ ਕੋ ਵਸਦਾ ਰੱਖੇ। ਬਿਸਮਿਲ੍ਲਾ ਬਿਸਮਿਲ੍ਲਾ ਬਿਸਮਿਲ੍ਲਾ, ਮੈਂ ਕਦਾਂ ਚਿੱਟੇ ਦੀ ਕੋ ਬਸ ਉੱਠ ਬਹਿ ਗਏ। ਇੱਕ ਬਜ਼ੁਰਗ ਆਲਮੇ ਦੀਨ ਦਾ ਜੁਮਲਾ ਪੀ ਆਦਾ, ਹੁਣ ਪੁੱਛੇ ਅਲੀ ਦੀ ਧੀ ਸਜਾਦ, ਇਹ ਹੁਣ ਜਿੱਥਾ ਮੇਰਾ ਉੱਠ ਆਇਆ ਖੜੇ, ਇਹ ਕਿਹੜੀ ਜਾ ਏ? ਸਜਾਦ ਦੇ ਅੰਮਾ ਏ ਉਹ ਜਾ ਏ ਜਿੱਥਾ ਤੇਰਾ ਨਾਨਾ ਅਤੇ ਬਾਬਾ ਜੰਗਾ ਫਤਿਹ ਕਰਕੇ ਵਲਦੇ ਹਨ, ਇੱਥੇ ਹੀ ਕਯਾਮ ਕਰਦੇ ਹਨ। ਬੀਬੀ ਆਦੀ ਵੱਤ ਉੱਠ ਬਹਾ ਮੈਂ ਲਾਹਦੀ ਹਾਂ, ਅਗਰ ਉਹ ਜੰਗਾ ਫਤਿਹ ਕਰ ਆਉਂਦੇ ਹਨ ਤਾਂ ਮੈਂ ਸ਼ਾਮ ਫਤਿਹ ਕਰ ਆਈ ਹਾਂ। ਬਿਸਮਿਲ੍ਲਾ ਬਿਸਮਿਲ੍ਲਾ ਦਵਾਰ ਬਿਸਮਿਲ੍ਲਾ, ਉੱਠ ਬਹਿ ਗਏ ਅਨਸਰ ਸਿੰਘ, ਲਹਿ ਬੈਠੀ ਅਲੀ ਦੀ ਧੀ, ਖੇਮੇ ਲੱਗ ਗਏ। ਸਜਾਦ ਸੱਡਿਆ, ਬਸ਼ੀਰ ਜੀ ਮੌਲਾ, ਬਸ਼ੀਰ ਤੇਰਾ ਪਿਓ ਸ਼ਾਇਰੀ ਕਰਦਾ, ਹਾਂ ਤੂੰ ਹੀ ਕੁਛ ਜਾਣਨੇ? ਹਾਂ ਮੌਲਾ, ਮੇਰਾ ਬਾਬਾ ਤੁਹਾਡੀ ਫਜ਼ੀਲਤ ਲਿਖਦਾ, ਹਾਂ ਮੈਂ ਤੁਹਾਡੇ ਦੁੱਖ ਵਧਾ ਲਿਖਦਾ। ਅੱਛਾ ਬਸ਼ੀਰ, ਔਖੇ ਵੇਲੇ ਸਜਾਦ ਤੇ ਇਹਸਾਨ ਲੈਣੇ? ਮੌਲਾ ਕਿਹੜਾ ਇਹਸਾਨ? ਬਾਕਰ ਦਾ ਬਾਬਾ ਫਰਮਾਉਂਦੇ, ਅਲਮ ਚਾਹ ਕਾਲੇ ਕੱਪੜੇ ਤੂੰ ਪਈ ਵਧੀ, ਲੱਗ ਵਨੀ ਸ਼ਹਿਰ 'ਚ ਵਨ, ਐਲਾਨ ਕਰਕੇ ਆਖ ਮਦੀਨੇ ਦੇ ਲੋਕਾਂ, ਸਰਦਾਰ ਮਦੀਨੇ ਦੇ ਉਜੜ ਕੇ ਵੱਲ ਲੈ। ਮੈਂ ਤੁਹਾਡੇ ਕਿਹਾ ਮੇਰੇ ਵਤਨ ਦਾ ਸ਼ਰੀਫ ਅਦਾਦਾਰ ਸਜਾਦ ਆਖੇ ਨਾ, ਵਨ ਐਲਾਨ ਕਰਾ ਮਦੀਨੇ ਦੇ ਸਰਦਾਰ ਉਜੜ ਕੇ ਵੱਲ ਲੈਣ। ਬਸ਼ੀਰ ਟੁਰੇ ਲਾਲਾ ਜਾਨ ਤੇਰੇ ਬਚੜੇ ਜੀਵਨ, ਜਿਵੇਂ ਖੇਮੇ ਦੇ ਅੰਦਰ ਬੈਠੀ ਆਈ ਸੱਡ ਮਾਰ ਕੇ ਦੇ। ਸਜਾਦ ਬਸ਼ੀਰ ਕੋ ਆਖ ਇੱਕ ਵਾਰੀ ਵੱਲ ਆਵੇ, ਬਸ਼ੀਰ ਵੱਲ ਜੀ ਮਖਦੂਮਾ। ਬੀਬੀ ਆਦੀ ਬਸ਼ੀਰ ਤੈਂ ਔਖੇ ਵੇਲੇ ਮੇਰੇ ਉਠ ਦੀ ਮਹਾਰ ਨਪੀਏ, ਜੇ ਤੂੰ ਆਖੇ ਅੱਜ ਮਹਾਰ ਨੱਪਣ ਦੀ ਉਜਰਤ ਦੇਵਾਂ। ਮਖਦੂਮਾ ਤੂੰ ਆਪ ਤਾਂ ਲੁੱਟੀ ਗਈ, ਮੈਂ ਕੋ ਕਿਆ ਦੇ ਸਕਦੀ? ਬੀਬੀ ਆਦੀ ਭਾਵੇਂ ਜੋ ਲੁੱਟੀ ਗਈ ਹਾਂ, ਮੈਂ ਹਾਂ ਤਾਂ ਅੱਬਾਸ ਦੀ ਭੈਣ, ਮੈਂ ਹਾਂ ਤਾਂ ਅਕਬਰ ਦੀ ਮਾਂ, ਮਹਾਰ ਨੱਪਣ ਦੀ ਉਜਰਤ ਪਈ ਦੇਣੀ ਆ। ਅੱਜ ਤੂੰ ਗਿਣ ਕੇ ਕਿਆਮਤ ਤੱਕ ਤੂੰ ਬਸ਼ੀਰ ਮੇਰਾ ਪੁੱਤਰ ਹੈ, ਮੈਂ ਜ਼ੈਨਬ ਤੇਰੀ ਮਾਂ ਹਾਂ, ਮੈਂ ਕੋ ਸੱਡ ਅੰਮਾ। ਬਸ਼ੀਰ ਆਦੇ ਤੇ ਕੋ ਅੰਮਾ ਸੱਡੇ ਤਾਂ ਅਲੀ ਅਕਬਰ, ਤੇ ਕੋ ਅੰਮਾ ਸੱਡੇ ਤਾਂ ਸਜਾਦ, ਮੈਂ ਤੇ ਕੋ
ਮਾਂ ਕਿਵੇਂ ਸੱਡਾਂ, ਜਿਹਨਾਂ ਬਸ਼ੀਰ ਆਖੇ ਮੈਂ ਤੇ ਗੁਮਾ ਕਿਵੇਂ ਸੱਡਾਂ, ਕਰਬਲਾ ਦੋ ਮੂੰਹ ਫੇਰ ਕੇ ਦੇ ਅਕਬਰ ਤੇਰੇ ਬਾਅਦ ਇਹਦੀ ਉਜੜ ਗਈਆਂ, ਅੱਜ ਬਸ਼ੀਰ ਹੀ ਮੈਂ ਕੋ ਅੰਮਾ ਨਹੀਂ ਸੜੇਂਦਾ। ਬਸ਼ੀਰ ਆਦੇ ਜੀ ਮੇਰੀ ਲੁੱਟੀ ਅੰਮਾ, ਜੀ ਮੇਰੀ ਉਜੜੀ ਅੰਮਾ। ਬੀਬੀ ਆਦੀ ਬਸ਼ੀਰ ਇਹ ਪੂਰੇ ਸ਼ਹਿਰ 'ਚ ਜਿਹੜਾ ਕੁਝ ਤੇ ਕੁਝ ਸਜਾਦ ਆਖੇ ਨਾ, ਉਵੇਂ ਆਖੀ ਸਰਦਾਰ ਮਦੀਨੇ ਦੇ ਉਜੜ ਕੇ ਵੱਲ ਲੈਣ। ਜਿਹੜਾ ਮੇਰੀ ਸਾਵਰੀ ਗਲੀ 'ਚ ਆਵੇ ਨਾ, ਉੱਥਾਂ ਇਹ ਐਲਾਨ ਨਾ ਕਰੀ, ਬੀਬੀ ਤੇਰੀ ਸਾਵਰੀ ਗਲੀ 'ਚ ਆ ਕੇ ਤੇਰੇ ਸ਼ੌਹਰ ਦੇ ਦਰ 'ਤੇ ਆ ਕੇ ਕਿਹੜਾ ਐਲਾਨ ਕਰਾਂ। ਬੀਬੀ ਆਦੀਏ ਮੇਰੀ ਸਾਵਰੀ ਗਲੀ 'ਚ ਆ ਕੇ ਐਲਾਨ ਕਰਕੇ ਆਖੀ ਮਦੀਨੇ ਦੇ ਲੋਕੋ ਜ਼ੈਨਬ ਪੁੱਤਰ ਮਰਾ ਕੇ ਵੱਲ ਲਈਏ। ਮੈਂ ਸਦਕੇ ਬਸ਼ੀਰਾ ਦੇ ਮੈਂ ਪੂਰੇ ਸ਼ਹਿਰ 'ਚ ਐਲਾਨ ਕੀਤਾ ਸਰਦਾਰ ਮਦੀਨੇ ਦੇ ਉਜੜ ਕੇ ਵੱਲ ਲੈਣ। ਜਦੋਂ ਮੈਂ ਸੈਣ ਦੀ ਸਾਵਰੀ ਗਲੀ 'ਚ ਆਇਆ ਮੈਂ ਐਲਾਨ ਕੀਤਾ ਮਦੀਨੇ ਦੇ ਲੋਕੋਂ ਅਲੀ ਦੀ ਧੀ ਪੁੱਤਰ ਮਰਾ ਕੇ ਵੱਲ ਲਈਏ। ਬਸ਼ੀਰਾ ਦੇ ਮੈਂ ਡਿੱਠੇ ਕਿਆਮਤ ਦੀ ਘੜੀ ਆਈ ਨੂੰ ਨਿੱਕੇ ਨਿੱਕੇ ਬਾਲ ਭੱਜਦੇ ਹਨ ਜਿਨ੍ਹਾਂ ਦੇ ਹੱਥਾਂ 'ਚ ਕਿਤਾਬਾਂ ਹਨ ਕੋ ਲਾ ਕੇ ਮਿੱਟੀ 'ਤੇ ਬਹਿ ਗਏ ਨਿੱਕੇ ਨਿੱਕੇ ਹੱਥ ਬਣ ਕੇ ਆਦਨ ਚਾਚਾ ਤੂੰ ਕਹਿੰਦਾ ਬਸ਼ੀਰ ਬਸ਼ੀਰਾ ਦੇ ਮੈਂ ਅਲੀ ਦੀ ਧੀ ਦਾ ਬਸ਼ੀਰ ਚਾਚਾ ਐਲਾਨ ਤੈ ਕੀਤਾ ਜੋ ਅਲੀ ਦੀ ਧੀ ਪੁੱਤਰ ਮਰਾ ਕੇ ਵੱਲ ਲਈਏ। ਬਸ਼ੀਰਾ ਦੇ ਆ ਮੈਂ ਐਲਾਨ ਕੀਤੇ ਲੂਹੇ ਬਾਲ ਇੱਕ ਵੇ ਕੁ ਗੱਲ ਲਾ ਕੇ ਰੋਂਦੇ ਮਿੱਟੀ 'ਤੇ ਝੜ ਪੈਣ ਬਸ਼ੀਰਾ ਦੇ ਰੋਂਦੇ ਕਿਉਂ ਰੋ ਕੇ ਅਦਨ ਚਾਚਾ ਜਿਹੜਾ ਜ਼ੈਨਬ ਦੀ ਜੋੜੀ ਵਤਨੋਂ ਟੁਰੀ ਆਈਏ ਕਿਤਾਬਾਂ ਸਾਕੂ ਅਮਾਨਾ ਦੇ ਗਏ ਸਾਗੂਆਂ ਦੇ ਨਾ ਮਨਾਲ ਰਾਗ ਪਵੇ ਦੂਜੀ ਦੇ ਵੱਲ ਸੂ ਆਪਣੀਆਂ ਮਨ ਸਦਕੇ ਥੀ ਵਾਹ ਬਿਸਮਿਲਾ ਚਾਚਾ ਬਿਸਮਿਲਾ ਆਏ ਤਾਂ ਸਾਰੇ ਰੋਵਣ ਵਾਸਤੇ ਬੈਠੇ ਹੋ ਮੈਂ ਜਾਣਦਾ ਮੈਂ ਆਜ਼ਾਦਾਰ ਜ਼ਾਕਿਰਾਂ ਮੈਂ ਖੁਦ ਬਾਤਮੀ ਜ਼ਾਕਿਰਾਂ ਲਾਲਾ ਉਹ ਕੋਈ ਘਰ ਨਹੀਂ ਜੇਕੂ ਮੌਤ ਨਾ ਰੁਆਇਆ ਹੋਵੇ ਧੀਆਂ ਵਾਲੇ ਬੈਠੇ ਹੋ ਡਿੱਠੀ ਬੈਠੇ ਹੋ ਈਦ ਵਾਲੇ ਡੀ ਭਾਵੇਂ ਧੀ ਜਿਤਨੀ ਸੁਖੀ ਹੋਵੇ ਜਿਤਨੀ ਅਮੀਰ ਹੋਵੇ ਜਦਾਂ ਈਦ ਵਾਲਾ ਡੀ ਜ਼ਵਾਰ ਚੜ ਪਉ ਸੀ ਖਾਣੇ ਪੱਕੇ ਸੀ ਔਲਾਦ ਕੋ ਖਵੇ ਸੀ ਆਪ ਨਾ ਖਾਸੀ ਮੌਕਾ ਮਿਲ ਸੀ ਤਾਂ ਪੁੱਤਰਾਂ ਨੂੰ ਆਖ ਸੀ ਵਨੋ ਦੇਖੋ ਕਿਦੋਂ ਤੁਹਾਡੇ ਗਰੀਬ ਮਾਮੇ ਵੀ ਆਉਂਦੇ ਪੈਣ ਜ਼ਵਾਰ ਸਾਹਿਬ ਤੁਹਾਡੀ ਸ਼ਰਾਬਾਂ ਦੀ ਕਸਮ ਏ ਜਿਹੜਾ ਈਦ ਦੀ ਚੜ੍ਹੇ ਅਲੀ ਦੀ ਧੀ ਲੋਟੀ ਚੁਵੱਲੀ ਹੋਈ ਚਾਦਰ ਚਾ ਕੇ ਕਮਰ ਵਧੀਏ ਧੀਆਂ ਗੁਨਾ ਲੈ ਅਬਦੁੱਲਾ ਦੀ ਸਿਰਾਂ ਦੀ ਆ ਕੇ ਅੱਜ ਚਾਚੇ ਜਾਇਆ ਉੱਠੀ ਮੇਰੇ ਨਾਲ ਜੁਲ ਮੈਂ ਫਿਰਾਵਾਂ ਦੇ ਘਰ ਵੇਨੀਆਂ ਅਬਦੁੱਲਾ ਦੇ ਆਉਣ ਦੀ ਮਾਂ ਜਿਹੜੀ ਗਰੀਬ ਵੇਣ ਹੋਵੇ ਈਦ ਵਾਲੇ ਨੀ ਆਪਣੇ ਘਰ ਚੰਗੀ ਲੱਗਦੀ ਏ ਬੀਬੀ ਆ ਜੇ ਚਾਚੇ ਜਾਇਆ ਮੈਂ ਕੁਨਾ ਰੋਕ ਮੈਂ ਵੰਜਦੇ ਦੀਆਂ ਅੱਜ ਈਦ ਅੱਜ ਅਕਬਰ ਦੀ ਮਾਂ ਈਦ ਕੀਤੀ ਏ ਜਾਂ ਕੋਈ ਨਾ ਅੱਜ ਮੈਂ ਵੰਜਦੇ ਦੀਆਂ ਅਸਗਰ ਦੀ ਮਾਂ ਇੱਛਾ ਬਿਸਮਿਲਾ ਬਿਸਮਿਲਾ ਹੁਣ ਹੱਕ ਅਦਾ ਕੀਤਾ ਵੇ ਹੁਣ ਹੱਕ ਅਦਾ ਬਿਸਮਿਲਾ ਬਿਸਮਿਲਾ ਜ਼ਵਾਰ ਵੰਜਦੇ ਦੀਆਂ ਅੱਜ ਈਦ ਅੱਜ ਅਕਬਰ ਦੀ ਮਾਂ ਈਦ ਕੀਤੀ ਹੈ ਜਾਂ ਕੋਈ ਨਾ ਜਵਾਨੀ ਮਾਣੇ ਸੋਹਣਾ ਬੈਠਾ ਰੋਂਦੀ ਵੀਰ ਜ਼ਿੰਦਗੀ ਹੋਏ ਧੀਆਂ ਕੁਨਾ ਲੈ ਪਹਿਲੇ ਛੋਟੀ ਭੈਣ ਦੇ ਘਰ ਆਈ ਕਲਸੂਮ ਕੁਨਾ ਲੈ ਅੱਬਾਸ ਦੀ ਭੈਣ ਦੇ ਘਰ ਤ੍ਰੀਏ ਬੇਣੀ ਕੁਨਾ ਲਾ ਕੇ ਅਕਬਰ ਦੀ ਮਾਂ ਕੁਨਾ ਲੈ ਅਸਗਰ ਦੀ ਮਾਂ ਕੁਨਾ ਲਾ ਕੇ ਹੁਣ ਹੱਕ ਬਣਦੇ ਪੁੱਛੋ ਸਾਬਰ ਹੁਸੈਨ ਅਲੀ ਦੀ ਧੀ ਕਿਹੜੇ ਭਰਾ ਦੇ ਬੂਹੇ 'ਤੇ ਆਈਏ ਨਾ ਅਕਬਰ ਦੇ ਦਰ 'ਤੇ ਆਈਏ ਦਵਾਰ ਨਾ ਹੁਸੈਨ ਦੇ ਦਰ 'ਤੇ ਨਾ ਹਸਨ ਦੇ ਦਰ 'ਤੇ ਸਿੱਧੀ ਅੱਬਾਸ ਦੇ ਦਰ 'ਤੇ ਆ ਗੜੀਏ ਕੂੜੇ ਦੀ ਚੱਦ ਪਾ ਕੇ ਜੋਲੀ ਬਣਾ ਕੇ ਆਦੀ ਅੱਬਾਸ ਜ਼ੈਨਬ ਈਦ ਘਿੰਨਾ ਨਹੀਂ ਸਦਕੇ ਬਿਸਮਿਲਾ ਅੱਬਾਸ ਜ਼ੈਨਬ ਈਦ ਘਿੰਨਣ ਆਈ ਦਰਵਾਜ਼ਾ ਖੁੱਲ੍ਹੇ ਮੇਰੀ ਸੈਣ ਡਿੱਠੇ ਗਾਜ਼ੀ ਦਾ ਪੁੱਤਰੇ ਮਿੱਟੀ 'ਤੇ ਸੁੱਤਾ ਹੋਏ ਰੋ ਰੋ ਕੇ ਪਿਆ ਦੇ ਬਾਬਾ ਅੱਜ ਈਦ ਸਾ ਗੁਸ਼ਾ ਮੈਂ ਗਰੀਬਾਂ ਦੀ ਲੁੱਟ ਖਾ ਗਈ
ਮੇਰੀ ਆਲੀਆ ਸੈਣ ਇਹ ਬਦਰੀਏ ਦਾ ਸਰ ਜਾ ਕੇ ਝੋਲੀ ਚ ਬੈਦ ਮੂੰਹ ਚੁੰਮ ਕੇ ਆ ਦਿਆ ਉੱਠੀ ਬੈ ਅੱਜ ਮੇਰਾ ਗਾਦੀ ਹੋਇਆ ਮੈਂ ਕੋ ਖਾਲੀ ਨਾ ਟੋਰਿਆ ਤੂੰ ਮੇਰਾ ਬਦਰੀ ਜੈ ਮੈਂ ਤੇਰੀ ਫੁੱਪੀਆਂ ਮੈਂ ਈਦ ਮੰਗਣੀਆਂ ਮੈਂ ਕੋਈ ਈਦ ਦੇ ਆਦੇ ਫੁੱਪੀ ਮੋਇਆਂ ਕੋ ਕਿਉਂ ਮਾਰਾ ਨਹੀਂ ਮੈਂ ਕਿਆ ਦੇ ਸਕਦਾ ਉਹ ਜਵਾਨੋ ਮੇਰੀ ਸੈਣ ਆਪਣੀ ਚਾਦਰ ਲਹਾਈਏ ਬਦਰੀ ਜੈ ਕੋ ਪੱਗ ਬਦਵਾ ਕੇ ਆਦੇ ਈਦ ਮੰਗਦੀਆਂ ਤੂੰ ਕੰਡ ਕਰਕੇ ਟੁਰ ਮੈਂ ਤੇਰੀ ਕੰਡ ਦੇਦੀਆਂ ਆਦੀ ਜਦਾਂ ਕੰਡ ਕਰਕੇ ਟੁਰਦੇ ਮੈਂ ਕੋਈ ਮੈਂ ਲੱਗਦਾ ਮੇਰਾ ਗਾਦੀ ਵਾ ਟੁਰਦਾ ਆਦੀ ਮੈਂ ਕੋਈ ਮੈਂ ਲੱਗਦਾ